सही जावे ना जुदाई सजना, तेरे बिना दिल नहीं लगना। सही जावे ना जुदाई सजना, तेरे बिना दिल नहीं लगना। तेरी प्यारी प्यारी दो अखियां, तड़पाए मुझे सारी रतियां। पैंदा सारी सारी रात जगना, तेरे बिना दिल नहीं लगना। ਦਾ ਫਿਲਮਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਮੈਂ ਜਿਨ੍ਹਾਂ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ, ਉਹਨਾਂ ਨੇ ਪੰਜਾਬੀ ਸੌਂਗ ਨੂੰ ਸਪੈਨਿਸ਼ ਤੜਕਾ ਲਾਇਆ ਹੈ। ਜੀ ਆਇਆਂ ਨੂੰ ਦਾ ਫਿਲਮਸ 'ਤੇ। ਜੀ ਆਇਆਂ ਨੂੰ ਦਾ ਫਿਲਮਸ 'ਤੇ ਸਾਰਿਆਂ ਨੂੰ, ਦਾ ਫਿਲਮਸ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਸਪੈਨਿਸ਼ ਤੜਕਾ ਲਾਇਆ, ਆਪਾਂ ਸਪੈਨਿਸ਼ ਤੋਂ ਸਟਾਰਟ ਕਰੀਏ। ਦੋ ਬੋਲ ਹੋ ਜੇ ਤੁਹਾਡੇ ਗਾਣੇ ਦੇ। ਮੈਂ ਵਾਇਆ ਰੈ ਮੈਂ ਵਾਇਆ ਬਾਇਲਾ ਰਵੀ ਵੀਰ ਮੀ ਵੀ ਦਾ ਲਾ 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 ਲਾ। ਮੈਂ ਵਾਇਆ ਰੈ ਮੈਂ ਵਾਇਆ ਬਾਇਲਾ ਰਵੀ ਵੀਰ ਮੀ ਵੀ ਦਾ ਲਾ ਲਾ ਲਾ। ਕੀ ਮਤਲਬ ਹੈ ਐਗਜੈਕਟਲੀ ਇਨ ਵਰਡਸ ਦਾ? ਸੋ ਮਤਲਬ ਇਹਦਾ ਮੈਂ ਚਾਹੁੰਦੀ ਹਾਂ ਕਿ ਜਿੰਨੀ ਅਸੀਂ ਮਿਹਨਤ ਕੀਤੀ ਹੈ ਇਹਨੂੰ ਗਾਉਣ ਦੀ, ਸੋ ਤੁਸੀਂ ਵੀ ਮਤਲਬ ਲੱਭਣ ਦੀ ਥੋੜ੍ਹੀ ਜਿਹੀ ਮਿਹਨਤ ਕਰੋ। ਥੋੜ੍ਹੇ ਦਿਨ ਤੱਕ ਅਸੀਂ ਲਿਰਿਕਸ ਤਾਂ ਪਾਈ ਦੇਣੇ ਵੈਸੇ ਵੀ। ਯੈਸ, ਵਿਦ ਮੀਨਿੰਗ ਪਾ ਦਾਂਗੇ। ਮੇਰਾ ਦਿਲ ਟਿਕਟੋਕ ਹੋਣਾ ਬੰਦ ਹੋ ਗਿਆ ਜਦੋਂ ਕਲਿੱਪ ਤੇਰੀ ਵੇਖੀ ਟਿਕਟੋਕ ਉੱਤੇ ਮੈਂ। ਉਹ ਮੇਰੇ ਬ੍ਰੇਨ ਦੀ ਸੀ ਵੇਨ ਜਮਾ ਫੇਲ ਹੋ ਗਈ ਜਦੋਂ ਤੁਰਦੀ ਤੂੰ ਵੇਖੀ ਕੈਟ ਵਾਕ ਵਿੱਚ ਮੈਂ। ਆਏ ਹਾਏ ਉਹ ਬੇਬੋ ਉਹ ਰੂਬੀ ਹਾਂ ਸਮਾਈਲੀ ਤੇਰੀ ਤੇ ਹੋਇਆ ਮੈਂ ਪਾਗਲ। ਉਹ ਕਾਜਲ ਹੌਟਨੈਸ ਤੇਰੀ ਤੇ ਆਏ ਹਾਏ ਸ਼ਿਵਾਨੀ ਰੂਹਾਨੀ ਜਵਾਨੀ ਤੇਰੀ ਤੇ ਮਰ ਗਏ ਨੀਲਕ ਤੇ ਹੈ ਆਉਂਦੀ ਸੁਨਾਮੀ ਤੇਰੀ ਤੇ। ਲਿਖਣ ਦੀ ਗੱਲ ਕਰੀਏ ਤੇ ਤੁਸੀਂ ਆਪ ਲਿਖਿਆ ਸਪੈਨਿਸ਼ ਬੋਲ, ਸਿੱਖੀ ਹੋਣੀ ਹੈ ਸਪੈਨਿਸ਼ ਥੋੜ੍ਹੀ ਜਿਹੀ ਤਾਂ? ਵੈਲ ਹਾਂ, ਇਹ ਗਾਣਾ ਲਿਖਣ ਲੱਗੇ ਤਾਂ ਥੋੜ੍ਹਾ ਜਿਹਾ ਮੈਨੂੰ ਇਹਦੇ ਬਾਰੇ ਰੀਡ ਕਰਨਾ ਪਿਆ, ਸਪੈਨਿਸ਼ ਪੜ੍ਹਨੀ ਪਈ, ਕਿਉਂਕਿ ਪਹਿਲਾਂ ਮੈਂ ਗਾਉਣਾ ਕੀ ਆ ਉਹ ਮੈਂ ਪੰਜਾਬੀ 'ਚ ਸੋਚਿਆ, ਫਿਰ ਮੈਂ ਉਹਨੂੰ ਸਪੈਨਿਸ਼ 'ਚ ਲੱਭਿਆ, ਫਿਰ ਮੈਂ ਉਹਦੇ ਵਰਡ ਸਿੱਖੇ, ਫਿਰ ਮੈਂ ਉਹਨਾਂ ਦੀ ਪ੍ਰੋਨਾਂਸੀਏਸ਼ਨ ਸਿੱਖੀ। ਸੋ ਇਹ ਸਾਰਾ ਕਾਫੀ ਔਖਾ ਸੀ। ਐਵੇਂ ਦੀ ਕੀ ਸੋਚ ਸੀ ਕਿ ਤੁਹਾਨੂੰ 3 ਸਾਲ ਲੱਗੇ ਸੌਂਗ ਲਿਖਣ ਲਈ? ਸਭ ਤੋਂ ਪਹਿਲਾਂ ਤਾਂ ਗਾਣਾ ਲਿਖਣ ਲਈ ਟਾਈਮ ਤਾਂ ਲੱਗਦਾ ਹੀ ਹੈ, ਬਟ ਓਬਵੀਅਸ ਹੈ, ਬਟ ਸਿਰਫ ਗਾਣਾ ਲਿਖਣ ਲਈ 3 ਸਾਲ ਲੱਗੇ ਇਹ ਕਹਿਣਾ ਗਲਤ ਹੋਊਗਾ, ਕਿਉਂਕਿ ਅਸੀਂ ਗਾਣਾ ਲਿਖਦੇ ਹੋਏ ਵੀ ਚਲੋ ਟਾਈਮ ਲੱਗਿਆ, ਲੇਕਿਨ ਮਿਊਜ਼ਿਕ ਕੰਪੋਜੀਸ਼ਨ ਐਂਡ ਉਸ ਤੋਂ ਬਾਅਦ ਵੀਡੀਓ ਲਈ ਜਿਹੜੀ ਪ੍ਰੈਪਰੇਸ਼ਨ ਸੀਗੀ ਉਹ ਬਹੁਤ ਜ਼ਿਆਦਾ ਜ਼ਰੂਰੀ ਸੀਗੀ, ਅਤੇ ਆਪਾਂ ਇਹਨੂੰ ਬਿਲਕੁਲ ਡਿਫਰੈਂਟ ਵੇ 'ਚ ਸ਼ੂਟ ਕਰਨਾ ਚਾਹੁੰਦੇ ਸੀ, ਅਤੇ ਆਪਾਂ ਬਹੁਤ ਮਿਹਨਤ ਕੀਤੀ ਇਹਦੇ ਵਿੱਚ, ਇਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਅਤੇ ਸਭ ਤੋਂ ਜ਼ਿਆਦਾ ਮਿਹਨਤ ਤਾਂ ਭਿੰਦਰਬਾਜੀ ਨੇ ਕੀਤੀ ਹੈ। ਭਿੰਦਰਬਾਜੀ ਦਾ ਨਾਂ ਲਿਆ ਅਤੇ ਤੁਹਾਡੇ ਤਿੰਨਾਂ ਦੀ ਕਲੈਬਰੇਸ਼ਨ, ਤਾਂ ਕੀ ਸੋਚ ਸੀ ਕਿ ਤੁਸੀਂ ਤਿੰਨਾਂ ਨੇ ਸੋਚਿਆ ਕਿ ਆਪਾਂ ਹੁਣ ਇਕੱਠੇ ਹੋ ਕੇ ਕੰਮ ਕਰਨਾ? ਸਭ ਤੋਂ ਪਹਿਲਾਂ ਤਾਂ ਤਿੰਨਾਂ ਦੀ ਕੋਲੈਬਰੇਸ਼ਨ ਦੇ ਪਿੱਛੇ ਰਾਜ਼ ਹੈ ਤਿੰਨਾਂ ਦੀ ਫਰੈਂਡਸ਼ਿਪ, ਹੈ ਨਾ। ਅਸੀਂ ਵੀ ਆਰ ਲਾਈਕ ਏ ਫੈਮਿਲੀ, ਹੈ ਨਾ, ਐਂਡ ਸੋ ਇਹ ਸਾਡੇ ਨਾਲ ਐਜ਼ ਅ ਸਾਡੀ ਫੈਮਿਲੀ ਦਾ ਹਿੱਸਾ ਆ, ਇਸ ਕਰਕੇ ਕੋਲੈਬਰੇਸ਼ਨ ਪਹਿਲਾ ਸੌਂਗ ਇਹਨਾਂ ਦਾ ਆਉਣਾ ਸੀ ਐਜ਼ ਅ ਡੈਬਿਊ ਸੌਂਗ, ਤੋਂ ਕੋਲੈਬਰੇਸ਼ਨ ਤਾਂ ਬਣਦੀ ਹੀ ਸੀ, ਕਿਉਂਕਿ ਮੈਨੂੰ ਇੱਦਾਂ ਲੱਗਦਾ ਉਹਨਾਂ ਦਾ ਸਪੋਰਟ ਬਹੁਤ ਲੱਕੀ ਵੀ ਹੈ, ਬਹੁਤ ਜ਼ਰੂਰੀ ਵੀ ਹੈ, ਐਂਡ ਇਜ਼ ਵਨ ਆਫ ਦਾ ਮੋਸਟ ਫੇਮਸ ਲੈਜੈਂਡਰੀ ਮਿਊਜ਼ਿਕ ਡਾਇਰੈਕਟਰਸ, ਔਰ ਜਿਨ੍ਹਾਂ ਦਾ ਉਹਨਾਂ ਦਾ ਹੱਥ ਲੱਗਾ ਹੈ ਉਹ ਸੁਪਰ ਸਟਾਰ ਹੀ ਬਣਿਆ। ਸੋ ਇਹ ਬਹੁਤ ਜ਼ਰੂਰੀ ਸੀ ਉਹਨਾਂ ਦਾ ਸਪੋਰਟ ਸਾਡੇ ਲਈ ਅਤੇ ਉਹਨਾਂ ਦੀ ਕੋਲੈਬਰੇਸ਼ਨ। 2 ਬੀ ਤਾਂ ਪਹਿਲੇ ਸੀ ਬੋਬੀ ਅਤੇ ਭਿੰਦਾ, ਅਤੇ ਹੁਣ ਬਰਾਊਨੀ, ਅਤੇ 3 ਬਰਾਊਨੀ ਨੂੰ ਕਿੰਨਾ ਕੁ ਸਿੱਖਣਾ ਪਿਆ, ਕਿੰਨਾ ਕੁ ਲਰਨ ਕਰਨ ਨੂੰ ਮਿਲਾ ਇਹਨਾਂ ਦੋਨਾਂ ਤੋਂ? ਮੈਨੂੰ ਸੱਚੀ ਗੱਲ ਦੱਸਾਂ ਤਾਂ ਗਾਉਣ ਦਾ ਮੈਨੂੰ ਉੱਦਾਂ ਵੀ ਬਹੁਤ ਜ਼ਿਆਦਾ ਸ਼ੌਂਕ ਆ, ਬਟ ਭਿੰਦਾ ਭਾਅ ਜੀ ਨੇ ਸੱਚੀ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ, ਕਿਉਂਕਿ ਉਹ ਜੇ ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਮੈਨੂੰ ਉਹਨਾਂ ਦੀ ਵੋਇਸ ਵੀ ਬਹੁਤ ਜ਼ਿਆਦਾ ਪਸੰਦ ਆ, ਬਟ ਆਪਾਂ ਡਿਫਰੈਂਟ ਜ਼ੋਨ ਦੇ ਵਿੱਚ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਜ਼ੋਨ ਤੋਂ ਥੋੜ੍ਹਾ ਹਟ ਕੇ, ਅਤੇ ਉਹਨਾਂ ਨੇ ਵੀ ਆਪਣੇ ਜ਼ੋਨ ਤੋਂ ਥੋੜ੍ਹਾ ਜਿਹਾ ਹਟ ਕੇ ਇੱਕ ਆਹ ਜਿਹੜਾ ਗਾਣਾ ਕੀਤਾ ਆਪਣੀ ਜ਼ੋਨ ਤੋਂ ਥੋੜ੍ਹਾ ਹਟ ਕੇ ਹੀ ਕੀਤਾ, ਅਤੇ ਉਹਨਾਂ ਦੇ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਹੀ ਇਜ਼ ਦਾ ਬੈਸਟ। ਅਤੇ ਡਾਇਰੈਕਸ਼ਨ ਕੀਤੀ ਹੈ ਸਨੀ ਨੇ, ਉਹਨਾਂ ਤੋਂ ਕਿੰਨਾ ਕੁ ਸਿੱਖਣ ਨੂੰ ਮਿਲਿਆ? ਇਸ ਤੋਂ ਜ਼ਿਆਦਾ ਕੂਲ, ਇਸ ਤੋਂ ਜ਼ਿਆਦਾ ਵਧੀਆ ਡਾਇਰੈਕਟਰ ਹੋ ਹੀ ਨਹੀਂ ਸਕਦਾ। ਮਤਲਬ ਉਹ ਬਹੁਤ ਘੱਟ ਬੋਲਦੇ ਨੇ, ਬਹੁਤ ਸੈਟਲਡ ਕਾਮ ਹੈ, ਬਟ ਕੁਛ ਲੋਕ ਹੁੰਦੇ ਆ ਨਾ ਜੋ ਘੱਟ ਬੋਲਣ 'ਚ ਅਤੇ ਜ਼ਿਆਦਾ ਕਰਨ 'ਚ ਵਿਸ਼ਵਾਸ ਰੱਖਦੇ ਆ, ਸੋ ਇਜ਼ ਵਨ ਆਫ ਦੈਮ। ਸੋ ਉਹਨਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ, ਬਹੁਤ ਜ਼ਿਆਦਾ ਮਜ਼ਾ ਆਇਆ। ਅਤੇ ਤੁਹਾਨੂੰ ਐਗਜੈਕਟਲੀ ਕੀ ਤੁਹਾਡੇ ਇਨਪੁੱਟ ਰਹੇ ਉਸ ਸੌਂਗ 'ਚ, ਕੋਈ ਕੋਰੀਓਗ੍ਰਾਫੀ 'ਚ ਕਿਤੇ ਵੀ ਪਾਸੇ? ਵੇਖੋ, ਉੱਦਾਂ ਮੈਂ ਸਨੀ ਭਾਈ ਨੂੰ ਬਹੁਤ ਚਿਰ ਤੋਂ ਜਾਣਦਾ, ਉਹ ਬਹੁਤ ਵਧੀਆ ਡਾਇਰੈਕਟਰ ਨੇ, ਉਹਨਾਂ ਨੇ ਫਿਲਮਾਂ ਵੀ ਬਹੁਤ ਕੀਤੀਆਂ ਨੇ, ਅਤੇ ਉਹਨਾਂ ਨੇ ਗਾਣੇ ਵੀ ਬਹੁਤ ਵਧੀਆ ਵਧੀਆ ਕੀਤੇ ਨੇ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਨੇ, ਅਤੇ ਉਹਨਾਂ ਦੇ ਬਾਰੇ ਮੈਂ ਇਹੀ ਦੱਸਣਾ ਚਾਹੂੰਗਾ ਕਿ ਹੀ ਇਜ਼ ਸਪੈਸ਼ਲ ਪਰਸਨ ਫੋਰ ਅਸ, ਕਿਉਂਕਿ ਉਹਨਾਂ ਨੇ ਇਹ ਸਾਰੀ ਚੀਜ਼ ਦਾ ਜੋ ਵੀ ਐਂਡ ਜਿਹੜਾ ਤੱਥ ਕੱਢਿਆ ਉਹਨਾਂ ਨੇ ਕੱਢਿਆ, ਅਤੇ ਉਹਨਾਂ ਦੇ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਹੀ ਇਜ਼ ਦਾ ਬੈਸਟ, ਅਤੇ ਡਾਇਰੈਕਟਰ ਉਹਨਾਂ ਤੋਂ ਵਧੀਆ ਕੋਈ ਨਹੀਂ ਹੈਗਾ। ਮੇਰੀ ਜਿਹੜੀ ਇਹਦੇ ਵਿੱਚ ਇਨਪੁੱਟ ਸੀਗੀ ਉਹ ਸਿਰਫ ਇੰਨੀ ਸੀਗੀ ਕਿ ਮੈਂ ਜਿਹੜੀ ਲੁੱਕਸ ਮੈਨੂੰ ਚਾਹੀਦੀ ਸੀ ਜਾਂ ਜੋ ਮੈਂ ਚਾਹੁੰਦਾ ਸੀਗਾ ਵੀਡੀਓ ਦੇ ਵਿੱਚ, ਉਹ
ਮਤਲਬ ਕਿ ਅਮੇਜ਼ਿੰਗ ਸੀਗਾ, ਮਤਲਬ ਉਹਨਾਂ ਨਾਲ ਕੰਮ ਕਰਨਾ ਤੇ ਉਹਨਾਂ ਨੇ ਉਹ ਚੀਜ਼ ਕੀਤੀ ਵੀ ਹੈ। ਤੇ ਤੁਸੀਂ ਕਹਿ ਰਹੇ ਹੋ ਨਾ, ਤੁਹਾਡੇ ਇੱਕ ਇੰਟਰਵਿਊ 'ਚ ਮੈਂ ਸੁਣਿਆ ਸੀ ਕਿ ਤੁਸੀਂ ਕਹਿੰਦੇ ਤੁਹਾਡੇ ਫੇਵਰੇਟ ਸਿੰਗਰ ਨੇ ਭਿੰਦਾ, ਤੇ ਤੁਸੀਂ ਉਹਨੂੰ ਆਈਡਲ ਮੰਨਦੇ ਹੋ, ਤੇ ਕੋਈ ਉਹਨਾਂ ਦੇ ਬੋਲ ਹੋ ਜੇ ਦੋ ਕੋਈ ਗਾਣੇ ਦੇ। ਵੇਖੋ, ਭਿੰਦਾ ਭਾਅ ਜੀ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ ਅਤੇ ਹੀ ਇਜ਼ ਮਾਈ ਫੇਵਰੇਟ ਸਿੰਗਰ, ਬਟ ਜਿਹੜਾ ਤੁਸੀਂ ਮੇਰੇ ਇੰਟਰਵਿਊ 'ਚ ਸੁਣਿਆ ਹੋਣਾ ਉਹ ਤੁਸੀਂ ਸ਼ਾਇਦ ਗਲਤ ਓਬਜ਼ਰਵ ਕਰ ਲਿਆ, ਉਹ ਮੇਰਾ ਇੰਟਰਵਿਊ ਦੇ ਵਿੱਚ ਸੀਗਾ ਮਾਈਕਲ ਜੈਕਸਨ ਦੇ ਅਕੋਰਡਿੰਗਲੀ। ਹਾਂ, ਭਿੰਦਾ ਭਾਅ ਜੀ ਮੇਰੇ ਫੇਵਰੇਟ ਨੇ ਅਤੇ ਉਹਨਾਂ ਦਾ ਮੈਂ ਗਾਣਾ ਤੁਹਾਨੂੰ ਸੁਣਾ ਦਿੰਦਾ। ਦਾਰੂ ਪੀਣ ਦੇ ਆਦੀ ਨਹੀਂ ਅਸੀਂ ਮੁੱਢ ਤੋਂ ਸ਼ੌਕੀਆਂ, ਰੁੱਖੀ ਮਿੱਸੀ ਮਿਲ ਜੇ ਨਾਲ ਲੱਸੀ ਦੇ ਸ਼ੌਕੀਆਂ, ਬਿਲਕੁਲ ਹੱਥ ਨਹੀਂ ਲਾਉਣਾ ਐਨੀ ਸੌਵੀ ਖਾਧੀ ਨਹੀਂ, ਕਦੇ ਕਦੇ ਘੁੱਟ ਲਾ ਲਈ ਨੀ ਪਰ ਪੱਕੇ ਆਦੀ ਨਹੀਂ, ਅੜੀਆਂ ਕਰਦੇ ਹੋ ਅੜੀਆਂ ਕਰਦੇ ਅੜੀਆਂ ਕਰਦੇ, ਮਨ ਨੂੰ ਗੱਲ ਸਮਝਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ, ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ। ਅਰੇ ਬਾਬਾ ਵਧੀਆ ਗਾਇਆ। ਤੇ ਆਪਾਂ ਗੱਲ ਕਰੀਏ ਤੁਹਾਡੇ ਨਵੇਂ ਪ੍ਰੋਜੈਕਟ, ਕੀ ਨਵਾਂ ਵੇਖਣ ਨੂੰ ਮਿਲੇਗਾ ਤੁਹਾਡੀ ਕੋਲੈਬੋਰੇਸ਼ਨ ਤੋਂ? ਸਾਨੂੰ ਕਾਫੀ ਕੁਝ ਆ ਰਿਹਾ, ਆਲਰੇਡੀ ਰੈਡੀ ਹੈ, ਬਸ ਉਹ ਸਿਰਫ ਐਗਜ਼ੀਕਿਊਟ ਹੋਣਾ ਬਾਕੀ ਹੈ। ਤੇ ਤੁਸੀਂ ਤਦੋਂ ਤੱਕ ਇੰਜੋਏ ਕਰੋ ਸੁਨਾਮੀ ਨੂੰ, ਐਂਡ ਜਦੋਂ ਤੱਕ ਤੁਸੀਂ ਇਹਨੂੰ ਇੰਜੋਏ ਕਰਕੇ ਹਜੇ ਖਤਮ ਹੀ ਕਰੋਗੇ, ਉਦੋਂ ਤੱਕ ਅਸੀਂ ਕੁਝ ਨਵਾਂ ਪ੍ਰੈਜੈਂਟ ਵੀ ਕਰ ਦਾਂਗੇ, ਇਹ ਸਾਡਾ ਪ੍ਰੋਮਿਸ ਹੈ। ਸੁਨਾਮੀ ਤਾਂ ਬਹੁਤ ਵਧੀਆ ਜਾਏਗਾ, ਹਿੱਟ ਹੋਏਗਾ ਹੀ, ਤੇ ਤੁਹਾਡਾ ਪਿਛਲਾ ਗਾਣਾ ਉਹਦੇ ਦੋ ਬੋਲ ਹੋ ਜੇ ਤਾਂ ਆਪਾਂ ਚੱਲਦੇ ਆ ਫਿਰ, ਤੇਰੀ ਅੱਖੀਆਂ ਵਾਲਾ ਵਾਇਰਲ ਸੌਂਗ ਹੈ, ਵਾਇਰਲ ਸੌਂਗ ਉਹ ਗਾਣਾ ਮੇਰਾ 4-5 ਸਾਲ ਪਹਿਲਾਂ ਆਇਆ ਸੀ ਜੋ ਕਿ ਹੁਣ ਵਾਇਰਲ ਹੋਇਆ, ਸੋ ਤੁਸੀਂ ਉਹ ਸੁਣਨਾ ਚਾਹੋਗੇ? ਬਿਲਕੁਲ। ਸਹੀ ਜਾਵੇ ਨਾ ਜੁਦਾਈ ਸਜਣਾ, ਤੇਰੇ ਬਿਨਾਂ ਦਿਲ ਨਹੀਂ ਓ ਲੱਗਣਾ, ਸਹੀ ਜਾਵੇ ਨਾ ਜੁਦਾਈ ਸਜਣਾ, ਤੇਰੇ ਬਿਨਾਂ ਦਿਲ ਨਹੀਂ ਓ ਲੱਗਣਾ, ਤੇਰੀ ਪਿਆਰੀ ਪਿਆਰੀ ਦੋ ਅੱਖੀਆਂ ਤੜ ਪਾਏ ਮੁਝੇ ਸਾਰੀ ਰਤੀਆਂ, ਪੈਂਦਾ ਸਾਰੀ ਸਾਰੀ ਰਾਤ ਜਗਣਾ, ਤੇਰੇ ਬਿਨਾਂ ਦਿਲ ਨਹੀਂ ਓ ਲੱਗਣਾ।